ਪੰਜਾਬੀਓ ਜਾਗਦੇ ਕੇ ਸੁੱਤੇ ਪੰਜਾਬੀਓ ਹੋ ਜਾਗਦੇ ਕੇ ਸੁੱਤੇ ਸਤਿ ਸ਼੍ਰੀ ਅਕਾਲ ਦੋਸਤੋ ਟੀਵੀ 16 ਟ੍ਰਾਂਟੋ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦਾ ਤੇ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਦੇ ਆ ਕਿਸੇ ਨਾ ਕਿਸੇ ਟੌਪਿਕ ਦੇ ਉੱਤੇ ਜੋ ਪੰਜਾਬ ਵਿੱਚ ਵਾਪਰਿਆ ਜਾਂ ਪੰਜਾਬ 'ਚ ਹੁਣ ਲਗਾਤਾਰ ਵਾਪਰ ਰਿਹਾ ਹੈਗਾ ਤੇ ਪ੍ਰੋਗਰਾਮ ਦਾ ਨਾਮ ਹੈਗਾ ਪੰਜਾਬੀਓ ਜਾਗਦੇ ਕਿ ਸੁੱਤੇ ਇਹ ਸੈਗਮੈਂਟ ਅਸੀਂ ਇਸ ਕਰਕੇ ਸ਼ੁਰੂ ਕੀਤਾ ਹੈਗਾ ਕਿ ਗੱਲ ਤਾਂ ਕੀਤੀ ਜਾਵੇ ਕਿਉਂਕਿ ਜੇ ਅਸੀਂ ਗੱਲ ਹੀ ਨਹੀਂ ਕਰਾਂਗੇ ਜੇ ਅਸੀਂ ਬੋਲਾਂਗੇ ਨਹੀਂ ਤੇ ਫੇਰ ਕਹਾਣੀ ਜਿਹੜੀ ਆਉ ਆ ਕਿਸੇ ਹੋਰ ਬਣ ਨਹੀਂ ਚੱਲੂਗੀ ਕਿਸੇ ਨਾ ਕਿਸੇ ਨੂੰ ਤਾਂ ਬੋਲਣਾ ਪਊਗਾ ਅਸੀਂ ਆਪਣੀ ਤਰਫ ਤੋਂ ਆਪਣੇ ਇਸ ਪਲੇਟਫਾਰਮ ਤੋਂ ਕੋਸ਼ਿਸ਼ ਕਰਦੇ ਪਏ ਆ ਕਿ ਲਗਾਤਾਰ ਪੰਜਾਬ ਦੇ ਜਿਹੜੇ ਮੁੱਦੇ ਨੇ ਪੰਜਾਬ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਜਾਂ ਪੰਜਾਬ ਜੋ ਕੁਝ ਆਪਣੇ ਪਿੰਡੇ ਤੇ ਹੰਡਾਰਿਆ ਉਹਦੀ ਗੱਲਬਾਤ ਜ਼ਰੂਰ ਕੀਤੀ ਜਾਵੇ ਤਾਂ ਕਿ ਜਿੰਨੂੰ ਕਿਸੇ ਨੂੰ ਕੋਈ ਛੋੜਾ ਬਹੁਤ ਘੱਟ ਵੀ ਪਤਾ ਉਹਦੇ ਤੱਕ ਜਿਹੜੀ ਹੈ ਜਾਣਕਾਰੀ ਕਿਸੇ ਨਾ ਕਿਸੇ ਤਰੀਕੇ ਨਾਲ ਪਹੁੰਚ ਜਾਵੇ ਜੇ 2 4 5 7 10 ਬੰਦਿਆਂ ਨੂੰ ਵੀ ਸਾਡੀ ਗੱਲ ਸੁਣ ਕੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਬਦਲਾਅ ਆਉਂਦਾ ਹੈ ਜਾਂ ਉਹ ਸਹੀ ਸੋਚ ਤੇ ਤੁਰਦੇ ਨੇ ਤੇ ਉਹ ਬੋਲਣਾ ਸ਼ੁਰੂ ਕਰਦੇ ਨੇ ਆਪਣੇ ਹੱਕਾਂ ਵਾਸਤੇ ਬੋਲਣਾ ਸ਼ੁਰੂ ਕਰਦੇ ਨੇ ਤੇ ਅਸੀਂ ਸਮਝਾਂਗੇ ਅਸੀਂ ਇਸ ਪਲੇਟਫਾਰਮ ਤੋਂ ਜੋ ਕਾਰਜ ਸ਼ੁਰੂ ਕੀਤਾ ਉਹਦੇ ਵਿੱਚ ਅਸੀਂ ਕਾਮਯਾਬ ਹੋ ਰਹੇ ਹਾਂ ਕੱਲਾਪਾ ਗੱਲ ਕੀਤੀ ਸੀ ਕਿ ਜਿਹੜੀ ਮਾਂ ਬੋਲੀ ਪੰਜਾਬੀ ਜਿਹੜੀ ਹੈ ਉਹ ਉਹਦੇ ਤੱਕੀ ਅਸਰ ਪੈ ਰਿਹਾ ਸਾਡੀ ਨਵੀਂ ਪੀੜ੍ਹੀ ਦਾ ਇਸ ਤਰ੍ਹਾਂ ਹੈਗਾ ਕਿ ਸਾਰੀਆਂ ਗੱਲਾਂ ਜਿਹੜੀਆਂ ਸਮੱਸਿਆਵਾਂ ਹਨ ਨਾ ਪੰਜਾਬ ਦੀਆਂ ਉਹ ਸਾਰੀਆਂ ਇੱਕ ਦੂਜੇ ਦੇ ਨਾਲ ਜੁੜਦੀਆਂ ਨੇ ਉਹ ਇਕੱਲੀ-ਇਕੱਲੀ ਉਹਨੂੰ ਨਖੇੜ ਕੇ ਨਹੀਂ ਆਪਾਂ ਦੇਖ ਸਕਦੇ ਨਖੇੜ ਕੇ ਇਸ ਕਰਕੇ ਨਹੀਂ ਦੇਖ ਸਕਦੇ ਕਿਉਂਕਿ ਇੱਕ ਚੀਜ਼ ਜਿਹੜੀ ਹੈ ਉਹ ਦੂਜੀ ਚੀਜ਼ ਦੇ ਨਾਲ ਜੁੜੀ ਹੋਈ ਆ ਇੱਕ ਮੁਸ਼ਕਲ ਤੇ ਉਹ ਜਿਹੜੀ ਦੂਸਰੀ ਮੁਸ਼ਕਲ ਆ ਉਹਦਾ ਆਪਸ ਵਿੱਚ ਨਤਾ ਹੈ ਤੇ ਇਹ ਜਿਹੜੀਆਂ ਮੁਸ਼ਕਲਾਂ ਬਣ ਗਈਆਂ ਹੁਣ ਬਹੁਤ ਸਾਰੀ ਗਿਣਤੀ ਦੇ ਵਿੱਚ ਬਣ ਗਈਆਂ ਉਹਨਾਂ ਨੂੰ ਆਪਾਂ ਖੰਗਾਲਣ ਦੀ ਕੋਸ਼ਿਸ਼ ਇਸ ਪ੍ਰੋਗਰਾਮ ਦੇ ذریعے ਕਰ ਰਹੇ ਹਾਂ ਤੇ ਪਿਛਲੇ ਐਪੀਸੋਡਸ ਦੇ ਵਿੱਚ ਅਸੀਂ ਪਾਣੀਆਂ ਦੀ ਗੱਲ ਕੀਤੀ ਜਾਂ ਅਸੀਂ ਪੰਜਾਬੀ ਮਾਂ ਬੋਲੀ ਦੀ ਗੱਲ ਕੀਤੀ ਅੱਜ ਅਸੀਂ ਪੰਜਾਬ ਦਾ ਜਿਹੜਾ ਇਸ ਟਾਈਮ ਦੇ ਉੱਤੇ ਨਸ਼ੇ ਦਾ ਜਿਹੜਾ ਦੌਰ ਹੈ ਸਾਡੀ ਨੌਜਵਾਨੀ ਜਿਹੜੀ ਹੈ ਉਹ ਗੁਲਤਾਨ ਹੋਈ ਪਈ ਹੈ ਨਸ਼ੇ ਦੇ ਵਿੱਚ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਗੱਲਬਾਤ ਆਪਾਂ ਇੱਥੇ ਸ਼ੁਰੂ ਕਰਦੇ ਹਾਂ ਕਿ ਜਿਹੜਾ ਪੰਜਾਬ ਦੇ ਵਿੱਚ ਨਸ਼ਾ ਹੈ ਉਹ ਸ਼ੁਰੂ ਕਿੱਥੋਂ ਹੁੰਦਾ ਉਹਦੇ ਪਿੱਛੇ ਕਿਹੜੀਆਂ ਸਾਜ਼ਿਸ਼ਾਂ ਨੇ ਜਿਹੜੀਆਂ ਕੰਮ ਕਰਦੀਆਂ ਨੇ ਤੇ ਬੜੇ ਵੱਡੇ ਲੈਵਲ ਦੇ ਉੱਤੇ ਕੰਮ ਕੀਤਾ ਜਾਂਦਾ ਉਹ ਕੋਈ ਛੋਟਾ ਲੈਵਲ ਨਹੀਂ ਹੈ ਬੜੀ ਸੋਚੀ ਸਮਝੀ ਸਾਜ਼ਿਸ਼ ਦੇ ਅਧੀਨ ਇਹ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਹੈ ਉਹ ਵੜਿਆ ਗਿਆ ਪੰਜਾਬ ਨੂੰ ਇਸ ਦੇ ਵਿੱਚ ਪੂਰੀ ਤਰ੍ਹਾਂ ਦੇ ਜਿਹੜੀ ਨੌਜਵਾਨੀ ਹੈ ਉਹਨੂੰ ਗਲਤਾਨ ਕੀਤਾ ਗਿਆ ਇੱਥੇ ਇੱਕ ਗੱਲ ਸਾਂਝੀ ਕਰਨੀ ਬਣਦੀ ਹੈਗੀ ਆ ਕਿ ਜਦੋਂ ਕੋਈ ਖਿਤਾ ਕਿਤਾ ਜਿਹੜਾ ਸਰਕਾਰ ਨੂੰ ਵਸਦਾ ਰਸਦਾ ਜਿਹੜਾ ਹੈ ਉਹ ਨਹੀਂ ਚੰਗਾ ਲੱਗੇ ਜਾਂ ਉੱਥੋਂ ਦੇ ਕੁਝ ਭਾਈਚਾਰੇ ਚੰਗੇ ਨਾ ਲੱਗਣ ਤੇ ਉਸ ਚੀਜ਼ ਨੂੰ ਉਹਨਾਂ ਨੇ ਖਤਮ ਕਰਨਾ ਹੋਵੇ ਤੇ ਉਹਨਾਂ ਨੇ ਅਲੱਗ-ਅਲੱਗ ਤਰ੍ਹਾਂ ਦੇ ਨਾਲ ਉੱਥੇ ਪ੍ਰੈਕਟੀਕਲ ਕੀਤੇ ਪ੍ਰੈਕਟੀਕਲ ਕੀਤੇ ਪਹਿਲਾਂ ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਕਿ ਗੋਲੀਆਂ ਨਾਲ ਮਾਰ ਦਿੱਤਾ ਜਾਵੇ ਗੋਲੀਆਂ ਤੋਂ ਬਾਅਦ ਫਿਰ ਉਹਨਾਂ ਦਾ ਜਿਹੜਾ ਤਰੀਕਾ ਸੀ ਉਹ ਹੋਰ ਉਹਨਾਂ ਨੇ ਤਰੀਕਾ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਲੋਕਾਂ ਨੂੰ ਨਾ ਇੱਥੋਂ ਉਜਾੜ ਦਿੱਤਾ ਜਾਵੇ ਡਰਾ ਕੇ ਧਮਕਾ ਕੇ ਲੋਕਾਂ ਨੂੰ ਝੂਠੇ ਪਰਚੇ ਦਰਜ ਕਰਕੇ ਲੋਕਾਂ ਨੂੰ ਲੋਕਾਂ ਨੂੰ ਦਿਮਾਗੀ ਤੌਰ ਦੇ ਉੱਤੇ ਇਸ ਤਰ੍ਹਾਂ ਨਾਲ ਪਰੇਸ਼ਾਨ ਕੀਤਾ ਕਿ ਇਹ ਥਾਂ ਸਾਡੇ ਵਾਸਤੇ ਸੁਰੱਖਿਅਤ ਨਹੀਂ ਹੈ ਇਹ ਇਹ ਵੀ ਇੱਕ ਕਾਰਨ ਬਣੀ ਉਸ ਤੋਂ ਬਾਅਦ ਜਿਹੜਾ ਜਦੋਂ ਉਹਨਾਂ ਨੇ ਦੇਖਿਆ ਕਿ ਨਹੀਂ ਇਹ ਇਹਨਾਂ ਦਾ ਜਿਹੜਾ ਮੋਹ ਹੈ ਨਾ ਇਹ ਟੁੱਟਦਾ ਨਹੀਂ ਹੈ ਇਸ ਮੋਹ ਨੂੰ ਸਾਨੂੰ ਤੋੜਨ ਵਾਸਤੇ ਕੋਈ ਹੋਰ ਤਰੀਕਾ ਵੀ ਅਪਣਾਉਣਾ ਪਏਗਾ ਤੇ ਫਿਰ ਜਦੋਂ ਅਸੀਂ ਬੰਬ ਗੋਲੀਆਂ ਬੰਦੂਕਾਂ ਜਾਂ ਕਿਸੇ ਵੀ ਹੋਰ ਉਹਨਾਂ ਦੇ ਜਿਹੜੇ ਅਪਣਾਏ ਹੋਏ ਤਰੀਕੇ ਸੀਗੇ ਉਹਨਾਂ ਨਾਲ ਅਸੀਂ ਖਤਮ ਨਹੀਂ ਹੋਏ ਤਾਂ ਤੇ ਉਹਨਾਂ ਨੇ ਇਹ ਜਿਹੜੀ ਚੀਜ਼ ਸੀਗੀ ਉਹਨਾਂ ਨੇ ਇਹ ਕੀਤਾ ਕਿ ਉਹਨਾਂ ਨੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਅਧੀਨ ਨਸ਼ਾ ਜਿਹੜਾ ਹੈ ਉਹ ਪੰਜਾਬ ਦੇ ਵਿੱਚ ਐਂਟਰ ਕਰਾ ਦਿੱਤਾ ਇੱਥੇ ਇੱਕ ਗੱਲ ਕਰਨੀ ਹੋਰ ਬਣਦੀ ਆ ਕਿ ਸ਼ੁਰੂਆਤ ਜਿਹੜੀ ਹੁੰਦੀ ਆ ਉਹ ਹੁੰਦੀ ਆ ਕਾਂਸੀ ਵਾਲਾ ਜਿਹੜਾ ਕੱਪ ਸਿਰਫ ਹੁੰਦਾ ਉਸ ਤੋਂ ਤੇ ਅੱਜ ਚਿੱਟੇ ਤੱਕ ਪੰਜਾਬ ਕਿਵੇਂ ਪਹੁੰਚ ਗਿਆ ਇਹ ਇਹ ਇੱਕ ਸੋਚਣ ਵਾਲੀ ਗੱਲ ਹੈਗੀ ਆ ਕਿ ਕਿੱਥੋਂ ਸ਼ੁਰੂ ਹੋਏ ਤੇ ਅੱਜ ਅਸੀਂ ਕਿੱਥੇ ਖੜੇ ਆ ਇਹਨਾਂ ਸਾਲਾਂ ਦੇ ਵਿੱਚ ਕਿੰਨਾ ਕਿੰਨਾ ਕੁਝ ਜਿਹੜਾ ਹੈ ਉਹ ਬਦਲਿਆ ਉਸ ਤੋਂ ਸ਼ੁਰੂ ਹੋਏ ਕੱਪ ਸਿਰਫ ਤੋਂ ਸ਼ੁਰੂ ਹੋਏ ਸਾਡੀ ਜਵਾਨੀ ਤੇ ਅੱਜ ਚਿੱਟੇ ਤੱਕ ਪਹੁੰਚੀ ਇਹ ਕਿਵੇਂ ਪਹੁੰਚੀ ਉਹਦੇ بڑے ਵੱਡੇ ਕਾਰਨ ਸੀਗੇ ਕਿਉਂਕਿ ਜਦੋਂ ਕੋਈ ਚੀਜ਼ ਨੂੰ ਸੌਖੀ ਤਰ੍ਹਾਂ ਦੇ ਨਾਲ ਤੁਸੀਂ ਅਵੇਲੇਬਲ ਕਰ ਦਿੰਦੇ ਹੋ ਉਹਦੇ ਤੇ ਕੋਈ ਕੰਟਰੋਲ ਨਹੀਂ ਰਹਿ ਜਾਂਦਾ ਹੈਗਾ ਤੇ ਲੋਕ ਜਿਹੜੇ ਨੇ ਉਹਨੂੰ ਬੜੇ ਸੌਖੇ ਤਰੀਕੇ ਦਾ ਨਾਲ ਲੈ ਸਕਦੇ ਹੁੰਦੇ ਨੇ ਤਾਂ ਉਦੋਂ ਫੇਰ ਇਹ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਫੈਲਣ ਦੇ ਵਿੱਚ ਕੋਈ ਸਮਾਂ ਨਹੀਂ ਲੱਗਦਾ ਹੈਗਾ ਮੈਨੂੰ ਯਾਦ ਆ ਕਿ ਜਦੋਂ ਅਸੀਂ ਕਾਲਜ ਪੜ੍ਹਦੇ ਸੀਗੇ ਤੇ ਉਦੋਂ ਸਾਡੇ ਨਾਲ ਵੀ ਕੁਝ ਨੌਜਵਾਨ ਐਸੇ ਸੀਗੇ ਜਿਹੜੇ ਕਬ ਸਿਰਫ ਜਿੰਨਾਂ ਦਾ ਕਈ ਵਾਰੀ ਨਾਮ ਹੀ ਲੈਣਾ ਅਜੀਬ ਜਿਹਾ ਲੱਗਦਾ ਕਿ ਉਹ ਕੋਰੈਕਸ ਹੁੰਦੀ ਸੀ ਜਾਂ ਜਿਹਨੂੰ ਫੈਂਸਾ ਡਿਲ ਕੋਈ ਇਸ ਤਰ੍ਹਾਂ ਦਾ ਨਾਮ ਸੀਗਾ ਉਹ ਉਦੋਂ ਨੌਜਵਾਨੀ ਜਿਹੜੀ ਸੀ ਉੱਥੋਂ ਸ਼ੁਰੂ ਹੋਈ ਤੇ ਬਹੁਤ ਸਾਰੀਆਂ ਕਈ ਵਰੀਆਂ ਆਪਾਂ ਸੋਸ਼ਲ ਮੀਡੀਆ ਤੇ ਜਾਂ ਜਿਹੜੇ ਲੋਕ ਵਾਪਸ ਪਰਤੇ ਨੇ ਇਸ ਤੋਂ ਉਹਨਾਂ ਦੀ ਜਦੋਂ ਕਹਾਣੀਆਂ ਆਪਾਂ ਸੁਣਦੇ ਆ ਤੇ ਉਦੋਂ ਉਹ ਜਿਹੜੇ ਲੋਕ ਨੇ ਉਹ ਦੱਸਦੇ ਨੇ ਕਿ ਅਸੀਂ ਇਹ ਕੱਪ ਸਿਰਫ ਤੋਂ ਸ਼ੁਰੂ ਹੋਏ ਸੀਗੇ ਖਾਂਸੀ ਵਾਲੀ ਦਵਾਈ ਤੋਂ ਸ਼ੁਰੂ ਹੋਈ ਸੀ ਤੇ ਉਸ ਤੋਂ ਬਾਅਦ ਜਦੋਂ ਸਾਡੇ ਤੇ ਉੱਤੇ ਇੱਕ ਸ਼ੀਸ਼ੀ ਨਹੀਂ ਦੋ ਸ਼ੀਸ਼ੀ ਨਹੀਂ ਤਿੰਨ ਸ਼ੀਸ਼ੀਆਂ ਨਹੀਂ ਅਸਰ ਕਰਦੀਆਂ ਸੀ ਫਿਰ ਅਸੀਂ 6 6 7 7 12 12 13 13 15 15 ਜਿਹੜੀਆਂ ਸ਼ੀਸ਼ੀਆਂ ਸੀ ਉਹ ਪੀਂਦੇ ਸੀ ਤੇ ਫਿਰ ਸਾਨੂੰ ਜਦੋਂ ਇਹ ਵੀ ਅਸਰ ਕਰਨਾ ਬੰਦ ਕਰ ਗਈਆਂ ਤੇ ਫਿਰ ਉਹੋ ਜਿਹੇ ਲੋਕ ਅ ਜਿਹੜੇ ਉਹੋ ਜੀ ਸੰਗਤ ਵਾਲੇ ਨੂੰ ਉਹੋ ਜੀ ਸੰਗਤ ਮਿਲ ਜਾਂਦੀ ਆ ਤੇ ਉਹ ਫਿਰ ਉਹਨਾਂ ਨੂੰ ਇਸ ਰਸਤੇ ਦੇ ਉੱਤੇ ਤੋਰ ਦਿੰਦੇ ਆ ਕਿ ਤੁਸੀਂ ਇਹ ਤੁਹਾਨੂੰ ਹੁਣ ਅਸਰ ਨਹੀਂ ਕਰਨਾ ਇਸ ਤੋਂ ਉੱਪਰ ਜਾਣਾ ਪਏਗਾ ਇਸ ਤੋਂ ਉੱਪਰ ਜਾਣ ਵਾਸਤੇ ਇਹੀ ਸੀਗਾ ਕਿ ਉਸ ਟਾਈਮ ਦੇ ਉੱਤੇ ਜਿਹੜਾ ਕੋਕੀਨ ਦਾ ਜਿਹੜਾ ਬੋਲ ਬਾਲਾ ਸੀਗਾ ਜਿਹਨੂੰ ਆਪਾਂ ਸਿੰਥੈਟਿਕ ਡਰੱਗ ਦਾ ਨਾਮ ਵੀ ਦਿੰਨੇ ਆਗੇ ਆ ਉਹ ਜਿਹੜੀ ਸੀਗੀ ਉਹ ਆਲਰੇਡੀ ਪੈਦਾ ਹੋ ਚੁੱਕੀ ਸੀਗੀ ਇੱਕ ਇੱਥੇ ਗੱਲ ਹੋਰ ਕਰਨੀ ਬਣਦੀ ਆ ਕਿ ਆਪਾਂ ਬੜੇ ਸੌਖੇ ਜਿਹੇ ਤਰੀਕੇ ਦੇ ਨਾਲ ਕਹਿ ਦਿੰਨੇ ਆ ਜੀ ਤਾਂ ਬਾਰਡਰ ਤੋਂ ਪਾਰ ਆਉਂਦੀ ਆ ਬਾਰਡਰ ਉਸ ਤੋਂ ਪਹਿਲਾਂ ਬਾਰਡਰ ਤਾਂ ਬਣਿਆ ਹੋਇਆ ਸੀਗਾ 1947 ਦੇ ਵਿੱਚ ਜਿਹੜਾ ਬਾਰਡਰ ਤੋਂ ਪਾਰ ਉਸ ਤੋਂ ਪਹਿਲਾਂ ਲੋਕ ਵਸਦੇ ਸੀਗੇ ਉਹ ਮੈਂ ਬਾਰਡਰ ਤੇ ਜਾ ਕੇ ਬਹੁਤ ਵਾਰ ਦੇਖਿਆ ਬਹੁਤ ਸਾਰੀਆਂ ਰਿਸ਼ਤੇਦਾਰੀਆਂ ਸੀਗੀਆਂ ਉਹਨਾਂ 'ਚ ਜਾਂਦੇ ਰਹੇ ਆ ਇਸ ਤਰ੍ਹਾਂ ਦੀ ਤੇ ਕੋਈ ਗੱਲ ਸਾਨੂੰ ਦਿਖਤੀ ਨਹੀਂ ਸੀ ਕਿ ਉੱਥੋਂ ਜਿਹੜੇ ਨੌਜਵਾਨ ਜਾਂ ਸਾਡੇ ਕੋਈ ਰਿਸ਼ਤੇਦਾਰ ਐਸੇ ਹੋਣਗੇ ਕਿ ਜਿਹੜੇ ਉਦੋਂ ਉਥੋਂ ਬਾਰਡਰ ਤੋਂ ਈਜ਼ੀਲੀ ਜਿਹੜਾ ਹੈ ਜਿਹੜੀਆਂ ਡਰੱਗਸ ਜਿਹੜੀਆਂ ਨੇ ਪਰ ਜਿਨ੍ਹਾਂ ਦੀ ਫੜ ਸੀਗੀ ਉਹਨਾਂ ਨੂੰ ਬੜੇ ਸੌਖੇ ਤਰੀਕੇ ਨਾਲ ਲੈ ਕੇ ਤੇ ਉਹ ਖਾ ਲੈਂਦੇ ਸੀਗੇ ਇਦਾਂ ਦੀ ਤਾਂ ਕੋਈ ਗੱਲ ਦੇਖਦੀ ਨਹੀਂ ਸੀਗੀ ਆਪਾਂ ਸਿਰਫ ਇੱਕ ਕਿਸੇ ਦੇ ਉੱਤੇ ਇਲਜ਼ਾਮ ਲਾਉਣਾ ਹੋਵੇ ਤੇ ਉਹ ਬੜਾ ਸੌਖਾ ਹੁੰਦਾ ਕਿ ਕੋਈ ਗੱਲ ਆਪਣੇ ਸਿਰ ਨਾ ਲੈਣੀ ਹੋਵੇ ਤੇ ਆਪਾਂ ਸਿੱਟ ਦਿੰਨੇ ਆ ਕਿਸੇ ਦੇ ਸਿਰ ਆਪਾਂ ਗੱਲ ਕਰਦੇ ਪਏ ਸੀਗੇ ਕਿ ਕੱਪ ਸਿਰਫ ਤੋਂ ਇੱਕ ਕਿਵੇਂ ਜਿਹੜਾ ਨਸ਼ਾ ਹੈ ਇਹ ਚਿੱਟੇ ਤੱਕ ਦਾ ਜਿਹੜਾ ਸਫ਼ਰ ਆ ਇਹ ਹੋਇਆ ਇਹਦੇ ਵਿੱਚ ਜਦੋਂ ਤੁਸੀਂ ਇੰਟਰਵਿਊਜ਼ ਲੋਕਾਂ ਦੀਆਂ ਸੁਣਦੇ ਹੋ ਨਾ ਜਦੋਂ ਤੁਸੀਂ ਲੋਕਾਂ ਨਾਲ ਗੱਲਬਾਤ ਵੀ ਕਰਦੇ ਹੋ ਨੌਜਵਾਨਾਂ ਨਾਲ ਗੱਲਬਾਤ ਕਰਦੇ ਹੋ ਜਦੋਂ ਜਿਹੜੀ ਨਵੀਂ ਪੀੜ੍ਹੀ ਇਸ ਦੇ ਵਿੱਚ ਗਲਤਾਨ ਸੀ ਜਿਹੜਾ ਕੋਈ ਵਾਪਸ ਆਇਆ ਉਹਦੀ ਮੈਂ ਗੱਲ ਜ਼ਰੂਰ ਕਰਨੀ ਚਾਹਾਂਗਾ ਇੱਥੇ ਕਿ ਉਹ ਲੋਕਾਂ ਨੇ ਆਪਣੇ ਐਕਸਪੀਰੀਅੰਸ ਵਿੱਚ ਇਹ ਦੱਸਿਆ ਕਿ ਇਹ 100 ਸ਼ੁਰੂਆਤ ਕੀਤੀ ਸੀ ਤੇ ਚਿੱਟੇ ਤੱਕ ਪਹੁੰਚੇ ਤੇ ਚਿੱਟੇ ਤੋਂ ਜਦੋਂ ਅਸੀਂ ਮਤਲਬ ਉਸ ਚਿੱਟੇ ਦੇ ਵਿੱਚ ਅਸੀਂ ਗਏ ਤੇ ਫਿਰ ਅਸੀਂ ਉਹਨੂੰ ਪਹਿਲਾਂ ਆਪ ਖਾਂਦੇ ਸੀ ਫਿਰ ਅਸੀਂ ਉਹਨੂੰ ਵੇਚਦੇ ਵੀ ਸੀਗੇ ਯਾਨੀ ਕਿ ਤੁਸੀਂ ਉਹ ਉਹਨਾਂ ਲੋਕਾਂ ਨੂੰ ਉਹ ਹੀ ਲੋਕ ਜਿਹੜੇ ਨੇ ਖਾਣ ਵਾਲੇ ਨੇ ਫਿਰ ਉਹ ਵਪਾਰੀ ਵੀ ਉਹਨਾਂ ਨੂੰ ਬਣਾ ਦਿੱਤਾ ਗਿਆ ਉਸ ਦੇ ਕਿਉਂਕਿ ਜੇ ਉਹ ਖਰਚਾ ਕਿੱਥੋਂ ਲੈ ਕੇ ਆਉਣਗੇ ਉਹ ਉਹਨਾਂ ਨੂੰ ਉਸ ਉਸ ਚੀਜ਼ ਨੂੰ ਖਾਣ ਵਾਸਤੇ ਆਪਣੀ ਜਿਹੜੀ ਪੂਰਤੀ ਆ ਸਰੀਰ ਦੀ ਜਿੱਦਾਂ ਦਾ ਉਹਨਾਂ ਨੇ ਸਰੀਰ ਬਣਾ ਲਿਆ ਉਹਨੂੰ ਉਹ ਕਰਨ ਵਾਸਤੇ ਚੀਜ਼ਾਂ ਤਾਂ ਕਰਕੇ ਜੁੜੀਆਂ ਨੇ ਇਸ ਕਰਕੇ ਕਿ ਜਿਹੜੀ ਸਾਡੀ ਜਨਰੇਸ਼ਨ ਸੀ ਜਦੋਂ ਉਹ ਬੰਬ ਗੋਲਿਆਂ ਤੋਪਾਂ ਦੇ ਨਾਲ ਨਹੀਂ ਮਰੀ ਤਾਂ ਫਿਰ ਉਹਨਾਂ ਨੇ ਇਹ ਚੀਜ਼ ਨੂੰ ਅਪਣਾ ਲਿਆ ਕਿ ਹੁਣ ਇਹਨਾਂ ਨੂੰ ਨਸ਼ਾ ਜਿਹੜਾ ਹੈ ਉਹ ਵਾੜ ਦਿੱਤਾ ਜਾਵੇ ਤਾਂ ਕਿ ਜਿਹੜੀਆਂ ਅਗਲੀਆਂ ਇਹਨਾਂ ਦਾ ਜਨਰੇਸ਼ਨਾਂ ਨੇ ਜਾਂ ਤਾਂ ਉਹ ਪੈਦਾ ਹੀ ਨਾ ਹੋਣ ਉਹ ਪੈਦਾ ਹੀ ਨਾ ਹੋਣ ਕਿਉਂਕਿ ਜਿਹੜਾ ਨੌਜਵਾਨ ਹੈ ਅਗਰ ਉਹ ਨਸ਼ੇ ਬਹੁਤ ਜ਼ਿਆਦਾ ਕਰ ਰਿਹਾ ਹੈਗਾ ਤੇ ਉਹ ਕਿ ਬੱਚੇ ਕਿਵੇਂ ਪੈਦਾ ਕਰੇਗਾ ਇੱਕ ਬਹੁਤ ਵੱਡਾ ਸਵਾਲ ਆ ਜੇ ਕੁਝ ਪੈਦਾ ਵੀ ਹੋਣਗੇ ਤਾਂ ਉਹ ਜਿਹੜੇ ਨੇ ਉਹਨਾਂ ਦੇ ਵਿੱਚ ਉਹ ਬਲੱਡ ਦੇ ਵਿੱਚ ਉਹ ਜਿਹੜੀ ਚੀਜ਼ ਆ ਉਹ ਆਲਰੇਡੀ ਪੀਜੀ ਕੋਈ ਡਿਜ਼ੀਜ਼ ਜਿਹੜੀ ਹੈ ਵੀ ਤੇ ਬਿਮਾਰੀ ਆ ਨਾ ਇਹਨੂੰ ਇਹਨੂੰ ਬਿਮਾਰੀ ਸਮਝਣਾ ਚਾਹੀਦਾ ਇਹਨੂੰ ਇਹ ਨਹੀਂ ਸਮਝਣਾ ਚਾਹੀਦਾ ਕਿ ਨਸ਼ਾ ਤੇ ਕੱਲਾ ਨਸ਼ਾ ਨਸ਼ਾ ਇੱਕ ਬਿਮਾਰੀ ਆ ਤੇ ਉਹ ਜੇ ਕੋਈ ਡਿਜ਼ੀਜ਼ ਜਿਹੜੀ ਉਹ ਟਰੈਵਲ ਕਰਦੀ ਹੈਗੀ ਆ ਅਗਲੀਆਂ ਜਨਰੇਸ਼ਨਾਂ ਤੱਕ ਤੇ ਜਿਹੜਾ ਜਿਹੜਾ ਬੱਚੇ ਦਾ ਬਾਪ ਹੈ ਅਗਰ ਉਹ ਨਸ਼ਾ ਕਰਕੇ ਉਹਦਾ ਬੱਚਾ ਪੈਦਾ ਹੋ ਰਿਹਾ ਤਾਂ ਉਹ ਵੀ ਤਾਂ ਉਹਦੇ ਵਿੱਚ ਤਾਂ ਪਹਿਲਾਂ ਹੀ ਉਹ ਚੀਜ਼ ਜਿਹੜੀ ਹੈਗੀ ਆ ਬਲੱਡ ਦੇ ਵਿੱਚ ਪਹਿਲਾਂ ਹੀ ਆ ਚੁੱਕੀ ਆ ਐਂਟਰ ਕਰ ਚੁੱਕੀ ਆ ਤੇ ਜਦੋਂ ਐਂਟਰ ਕਰ ਚੁੱਕੀ ਆ ਤਾਂ ਫਿਰ ਉਹਦਾ ਵੀ ਸਰੀਰ ਜਦੋਂ ਵੱਡਾ ਹੋਏਗਾ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਨੇ ਉਹ ਮੰਗੇਗਾ ਜ ਜਦੋਂ ਉਹਨਾਂ ਨੇ ਇਹ ਸੋਚਿਆ ਇਹ ਸੋਚੀ ਸਮਝੀ ਸਾਜ਼ਿਸ਼ ਕੀਤੀ ਕਿ ਹਾਂ ਹੁਣ ਇਹਨਾਂ ਨੂੰ ਦਿਮਾਗੀ ਤੌਰ ਦੇ ਉੱਤੇ ਅਸੀਂ ਇਸ ਤਰ੍ਹਾਂ ਦੇ ਨਾਲ ਕਰ ਦੇਣਾ ਕਿਉਂਕਿ ਜਿਹੜਾ ਨਸ਼ਾ ਇਹ ਫਿਜ਼ੀਕਲ ਤੌਰ ਦੇ ਉੱਤੇ ਸਰੀਰਕ ਤੌਰ ਦੇ ਉੱਤੇ ਤਾਂ ਸਾਨੂੰ ਖਤਮ ਕਰਦਾ ਹੀ ਆ ਦਿਮਾਗੀ ਤੌਰ ਦੇ ਉੱਤੇ ਵੀ ਖਤਮ ਕਰਦਾ ਹੈਗਾ ਜਦੋਂ ਅਸੀਂ ਦਿਮਾਗੀ ਫਿਜ਼ੀਕਲ ਤੌਰ ਤੇ ਅਸੀਂ ਉੱਠ ਨਹੀਂ ਸਕੇ ਦਿਮਾਗੀ ਦਿਮਾਗ ਸਾਡਾ ਸੋਚ ਨਾ ਪਾਏਗਾ ਤੇ ਫਿਰ ਅਸੀਂ ਆਪਣੇ ਰਾਈਟਸ ਆਪਣੇ ਹੱਕਾਂ ਵਾਸਤੇ ਜਾਂ ਆਪਣੇ ਜਿਹੜਾ ਮਨੁੱਖੀ ਹੱਕ ਨੇ ਉਹਨਾਂ ਵਾਸਤੇ ਅਸੀਂ ਫਾਈਟ ਹੀ ਨਹੀਂ ਕਰਾਂਗੇ ਉਹਨਾਂ ਵਾਸਤੇ ਫਾਈਟ ਕਰਨ ਵਾਸਤੇ ਸਾਡੇ ਕੋਲ ਸਾਡਾ ਦਿਮਾਗ ਹੀ ਨਹੀਂ ਹੋਏਗਾ ਜਦੋਂ ਸਾਡਾ ਫਾਈਟ ਕਰਨ ਵਾਸਤੇ ਦਿਮਾਗ ਨਹੀਂ ਹੋਏਗਾ ਤੇ ਉਂ ਤਾਂ ਲੋਕ ਆਪਣੀਆਂ ਚਾਲਾਂ ਦੇ ਵਿੱਚ ਕਾਮਯਾਬ ਹੋ ਗਏ ਇਹਦੇ ਵਿੱਚ ਰੋਲ ਜੇ ਦੇਖਿਆ ਜਾਵੇ ਤਾਂ ਬਹੁਤ तरहਾਂ ਦਾ ਧਿਰ ਸਾਰਿਆਂ ਨੂੰ ਤੁਸੀਂ ਕਿਸੇ ਧਿਰ ਨੂੰ ਵੀ ਤੁਸੀਂ ਮੰਨਫੀ ਨਹੀਂ ਕਰ ਸਕਦੇ ਜਾਂ ਕਿਸੇ ਧਿਰ ਨੂੰ ਤੁਸੀਂ ਬਰੀ ਨਹੀਂ ਕਰ ਸਕਦੇ ਸਾਰਿਆਂ ਦਾ ਹੀ ਆ ਧਾਰਮਿਕ ਜਿਹੜੇ ادارے ਸੀ ਜਿਨ੍ਹਾਂ ਦਾ ਇਹ ਫਰਜ ਬਣਦਾ ਸੀਗਾ ਕਿ ਨੌਜਵਾਨਾਂ ਨੂੰ ਸਹੀ ਦਿਸ਼ਾ ਦਿੱਤੀ ਜਾਂਦੀ ਉਹਨਾਂ ਨੇ ਆਪਣਾ ਬਿਲਕੁਲ ਫਰਜ ਨਹੀਂ ਨਿਭਾਇਆ ਮਸ਼ਰੂਆਤ ਤਾਂ ਧਾਰਮਿਕ ਸਥਾਨਾਂ ਤੋਂ ਕੀਤੀ ਆ ਕਿਉਂਕਿ ਬਹੁਤ ਵਾਰੀ ਇਹ ਮੈਂ ਦੇਖਿਆ ਸੀਗਾ ਚੰਗੇ-ਚੰਗੇ ਗੁਰੂ ਘਰਾਂ 'ਚ ਤੁਸੀਂ ਚਲੇ ਜਾਓ ਜਿਹੜੇ ਪ੍ਰਚਾਰਕ ਨੇ ਨਾ ਮਾਫ਼ ਕਰਨਾ ਪ੍ਰਚਾਰਕ ਮੈਨੂੰ ਬਹੁਤੇ ਦਿਖਦੇ ਨਹੀਂ ਆ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਉਹ ਪ੍ਰਚਾਰਕ ਜਿਹੜੇ ਨੇ ਉਹ ਉਹਨਾਂ ਨੇ ਵੀ ਇੱਕ ਹਾਸੋਹਿਣੀਆ ਚੀਜ਼ਾਂ ਜਿਹੜੀਆਂ ਨੇ ਉਹ ਪੈਦਾ ਕਰਕੇ ਤੇ ਲੋਕਾਂ ਨੂੰ ਕਹਾਣੀਆਂ ਤੇ ਲੋਕਾਂ ਨੂੰ ਇਸ ਤਰ੍ਹਾਂ ਦੇ ਨਾਲ ਉਲਝਾ ਦਿੱਤਾ ਕਿ ਨੌਜਵਾਨ ਜਿਹੜਾ ਹੈਗਾ ਉਹ ਉਹਨਾਂ ਨੂੰ ਐ ਸਮਝਦਾ ਕਿ ਇਹ ਵੀ ਇੱਕ ਐਂਟਰਟੇਨਮੈਂਟ ਵਾਲਾ ਹੀ ਕੰਮ ਆ ਤੇ ਇੱਥੇ ਲੋਕ ਜਾਂਦੇ ਨੇ ਤੇ ਜਾਂ ਬਹੁਤ ਨੌਜਵਾਨ ਜਾਂਦੇ ਨੇ ਤੇ ਗੁਰਦੁਆਰਾ ਸਾਹਿਬ ਗਏ ਤੇ ਜਾਂ ਗੁਰੂ ਘਰ ਕਿਤੇ ਵੀ ਮੰਦਿਰ ਗਏ ਜਾਂ ਗਏ ਉੱਥੇ ਜਾ ਕੇ ਆਪਣਾ ਮੱਥਾ ਟੇਕ ਕੇ ਤੇ ਵਾਪਸ ਆ ਗਏ ਇਸ ਤੋਂ ਉੱਪਰ ਕੁਝ ਨਹੀਂ ਹੈ ਦੂਸਰੀ ਗੱਲ ਜਿਹੜੀ ਮੈਂ ਇੱਥੇ ਇਹ ਇਹ ਗੱਲ ਕਰਨੀ ਚਾਹਾਂਗਾ ਕਿ ਜੇ ਚਲੋ ਇਹ ਹੁਣ ਵਾਪਰ ਰਿਹਾ ਸਾਰਿਆਂ ਨੂੰ ਇਹਦੇ ਵਿੱਚ ਕੋਈ ਲੋਕਸ਼ਿਪ ਨਹੀਂ ਹੈ ਲੋਕਾਂ ਨੂੰ ਬਹੁਤ ਸਾਰੀ ਜਾਣਕਾਰੀ ਵੀ ਹੋ ਗਈ ਕਿ ਪੰਜਾਬ ਜਿਹੜਾ ਹੈ ਇਹ ਇਹਨੂੰ ਟਾਰਗੇਟ ਕਿਉਂ ਕੀਤਾ ਗਿਆ ਰਾਜਸਥਾਨ ਦੇ ਨਾਲ ਆਪਣਾ ਬਾਰਡਰ ਲੱਗਦਾ ਹੈਗਾ ਪਾਕਿਸਤਾਨ ਦਾ ਗੁਜਰਾਤ ਦੇ ਨਾਲ ਲੱਗਦਾ ਹੈਗਾ ਬਾਰਡਰ ਉੱਥੇ ਕਿਉਂ ਨਹੀਂ ਨਸ਼ਾ ਜੀ ਦੂਸਰੀ ਗੱਲ ਕਿ ਨਾਨ ਲੱਗਦੇ ਇਹ ਜਿਹੜਾ ਸੂਬਾ ਹੈਗਾ Rajasthan ਇਹਦੇ ਵਿੱਚ ਤਾਂ ਅ ਅਫੀਮ ਦੀ ਖੇਤੀ ਹੁੰਦੀ ਆ ਉਹ ਉਹਨਾਂ ਉਹਨਾਂ ਲੋਕਾਂ ਦੇ ਜੇ ਉਹ ਖੇਤੀ ਕਰਦੇ ਨੇ ਤਾਂ ਅੱਜ ਤੱਕ Rajasthan ਦੇ ਕੋਈ ਏਡੇ ਵੱਡੇ ਨੰਬਰ ਨਹੀਂ ਕਦੇ ਦਿਖੇ ਕਿ ਹਾਂ ਕਿ ਉੱਥੋਂ ਦੇ ਜਿਹੜੇ ਨੌਜਵਾਨ ਸੀਗੇ ਉਹ ਤਾਂ ਇਹਦੇ ਚ ਗੁਲਤਾਨ ਰਹਿੰਦੇ ਨੇ ਫਿਰ ਉਹ ਤਾਂ ਖਸ਼ਬੂ ਦੇ ਨਾਲ ਹੀ ਜਾਂ ਉਹ ਉਹ ਸੇਰੀਏ ਦੇ ਨਾਲ ਹੀ ਜਿਹੋ ਜਿਹਾਂ ਉਹਨਾਂ ਦਾ এনवायरमेंट ਆ ਉਹ ਤਾਂ ਫਿਰ ਨਸ਼ੇੜੀ ਪੈਦਾ ਹੋਣ ਬਿਲਕੁਲ ਹੀ ਉਹ ਤਾਂ ਉਹ ਤਾਂ ਬਿਲਕੁਲ ਨਸ਼ੇਚੀ ਗੁਲਤਾਨ ਸਵੇਰੇ ਉਹ ਤਾਂ ਸ਼ਾਮ ਤੱਕ ਉਹਨਾਂ ਦੇ ਜਿਹੜੀ ਸਾਰੀ ਜਨਰੇਸ਼ਨਾਂ ਹੁਣ ਤੱਕ ਉਹ ਸਾਰੀ ਸਾਰੀ ਜਨਰੇਸ਼ਨ ਜਿਹੜੀ ਆ ਨਵੇਂ ਜਰਮੇ ਜਿਹੜੇ ਬੱਚੇ ਸੀਗੇ ਉਹਨਾਂ ਦੇ ਉਹ ਤਾਂ ਸਾਰੇ ਦੇ ਸਾਰੇ ਇਹਦੇ ਚ ਗੁਲਤਾਨ ਹੋਣੇ ਚਾਹੀਦੇ ਸੀਗੇ ਪਰ ਨਹੀਂ ਆ ਉਹ ਲੋਕ ਤਰੱਕੀ ਕਰਦੇ ਪਏ ਨੇ ਪਰ ਲੇਕਰ ਪੰਜਾਬ ਕਿਉਂ ਪੰਜਾਬ ਕਿਉਂ ਕਿਉਂਕਿ ਪੰਜਾਬ ਨੂੰ ਟਾਰਗੇਟ ਕੀਤਾ ਜਾਂਦਾ ਸਿੰਥੈਟਿਕ ਨਸ਼ੇ ਕਿਤੇੋਂ ਬਾਰਡਰ ਪਾਰ ਨਹੀਂ ਆਉਂਦੇ ਹੈਗੇ ਬਹੁਤ ਸਾਰਾ ਨਸ਼ਾ ਬਹੁਤ ਸਾਰਾ ਨਸ਼ਾ ਸਿੰਥੈਟਿਕ ਪੰਜਾਬ ਚ ਪੈਦਾ ਕੀਤਾ ਜਾਂਦਾ ਜਾਂ ਹੋਰ ਸਟੇਟਾਂ ਤੋਂ ਲਿਆ ਕੇ ਪੰਜਾਬ ਦੇ ਵਿੱਚ ਸਿੱਟ ਦਿੱਤਾ ਜਾਂਦਾ इजीली ਅਵੇਲੇਬਿਲਟੀ ਹੈ ਤਾਂ ਜਦੋਂ ਜਿਹੜੀ ਚੀਜ਼ ਤੁਹਾਨੂੰ इजीली ਅਵੇਲੇਬਿਲਟੀ ਹੈ ਤਾਂ ਉਹਦੇ ਵਿੱਚ ਉਹ ਜਿਹੜਾ ਨਸ਼ੇੜੀ ਆਦਮੀ ਆ ਉਹਨੂੰ ਤੇ ਕੁਝ ਨਹੀਂ ਦਿਖਦਾ ਕਿਉਂਕਿ ਉਹਦਾ ਦਿਮਾਗ ਤੇ ਕੰਮ ਨਹੀਂ ਕਰ ਰਿਹਾ ਕਰਦਾ ਪਿਆ ਉਹ ਸਰੀਰਕ ਤੌਰ ਤੇ ਵੀ ਉਹ ਬਿਮਾਰ ਆ ਤੇ ਦਿਮਾਗੀ ਤੌਰ ਤੇ ਵੀ ਬਿਮਾਰ ਆ ਹੁਣ ਜਿਹੜਾ ਬੰਦਾ ਬਿਮਾਰ ਆ ਜਿਹੜਾ ਬੰਦਾ ਬਿਮਾਰ ਆ ਉਹਦਾ ਸਾਨੂੰ ਇਲਾਜ ਕਰਨਾ ਚਾਹੀਦਾ ਲੇਕਿਨ ਇਲਾਜ ਜਿਹੜਾ ਹੈ ਉਹ ਸਾਈਡ ਦੇ ਉੱਤੇ ਤੇ ਆਪਾਂ ਚੱਲਦੇ ਨਹੀਂ ਉਹ ਉਹ ਲਾਜ ਕੀ ਆ ਜਿਹੜੇ ਆ तकरीबन ਇਹਨਾਂ ਨੇ ਨਸ਼ਾ ਛਡਾਊ ਕੇਂਦਰ ਖੋਲੇ ਹੋਏ ਨੇ ਸਾਰੇ ਪ੍ਰਾਈਵੇਟ ਸਿਸਟਮ ਨੇ ਐਨ ਜੀਓ ਜਿਹੜੇ ਨੇ ਉਹ ਚਲਾ ਰਹੇ ਨੇ ਉਹਨਾਂ ਨੂੰ ਸਰਕਾਰ ਜਿਹੜੀ ਆ ਉਹ ਹੈਲਪ ਕਰਦੀ ਪਈ ਆ ਪਿਛਲੀ ਸਾਈਡ ਤੋਂ ਤੇ ਉਹ ਉਹ ਚਲਾ ਰਹੇ ਨੇ ਹੁਣ ਮੈਂ ਇੱਕ ਦੁਕਾਨਦਾਰ ਆ ਤੇ ਜੇ ਮੇਰੀ ਦੁਕਾਨਦਾਰੀ ਜਿਹੜੀ ਹੈਗੀ ਆ ਉਹ ਤਾਂ ਚੱਲੂਗੀ ਜੇ ਮੇਰੇ ਕੋ ਗਾਹ ਕਾਉਣਗੇ ਤੇ ਜੇ ਮੇਰੇ ਕੋਲ ਗਾਹਕ ਹੀ ਖਤਮ ਹੋ ਗਏ ਤੇ ਮੇਰੀ ਦੁਕਾਨਦਾਰੀ ਤੇ ਖਤਮ ਹੋ ਜੂਗੀ ਉਹ ਨਸ਼ਾ ਛਡਾਊ ਕੇਂਦਰ ਉਲਟਾ ਉਹਨਾਂ ਨੂੰ ਨਸ਼ੇ ਦੇ ਦੇ ਕੇ ਉਹਨਾਂ ਦੀ ਗਿਣਤੀ ਹੋਰ ਵਧਾ ਰਹੇ ਨੇ ਇਹ ਮੈਂ ਨਹੀਂ ਕਹਿ ਰਿਹਾ ਇਹ ਰਿਪੋਰਟਸ ਜਿਹੜੀਆਂ ਨਾ ਤੁਸੀਂ ਪੜ ਲਓ ਕੱਢ ਲਓ ਇੰਟਰਨੈਟ ਤੇ ਪਈਆਂ ਹੋਈਆਂ ਸਾਰੀਆਂ ਚੀਜ਼ਾਂ ਤੁਸੀਂ ਕੱਢ ਕੇ ਦੇਖ ਲਓ ਕਿਉਂ ਇਹ ਸਾਰਾ ਕੁਝ ਜਿਹੜਾ ਆ ਸਾਹਮਣੇ ਲੋਕ ਲੈ ਕੇ ਆ ਰਹੇ ਨੇ ਬਾਰ ਬਾਰ ਕਿ ਜਿਹੜੇ ਨਸ਼ਾ ਸ਼ਡਾਊ ਕੇਂਦਰ ਨੇ ਉਹ ਵੀ ਇੱਕ ਜਿਹੜਾ ਹੈ ਪੰਜਾਬ ਦੇ ਵਿੱਚ ਨਸ਼ੇ ਨੂੰ ਹੋਰ ਫਲਾਉਣ ਦਾ ਜਿਹੜਾ ਕਾਰਨ ਜਿਹੜਾ ਉਹ ਬਣੇ ਨੇ ਇੱਕ ਗੱਲ ਹੋਰ ਇੱਥੇ ਕਰਨੀ ਬਣਦੀ ਆ ਕਿਉਂਕਿ ਮੈਂ ਪੰਜਾਬ ਦੀ ਗੱਲ ਜਦੋਂ ਕਰਦਾ ਤੇ ਫਿਰ ਉੱਥੇ ਕਈ ਵਾਰੀ ਨਾ ਇਹ ਗੱਲ ਜਿਹੜੀ ਹੈ ਉਹ ਕਈ ਲੋਕਾਂ ਨੂੰ ਡਾਈਜੈਸਟ ਨਹੀਂ ਹੁੰਦੀ ਕਈ ਲੋਕਾਂ ਨੂੰ ਇਹ ਪਚਦੀ ਨਹੀਂ ਕਿ ਜਦੋਂ ਆਪਾਂ ਗੱਲ ਪੰਜਾਬ ਦੀ ਕਰਦੇ ਆ ਨਾ ਤੇ ਇੱਕ ਭਾਈਚਾਰੇ ਨਾਲ ਇਹਨੂੰ ਜੋੜ ਦਿੱਤਾ ਜਾਂਦਾ ਕਿ ਪੰਜਾਬ ਦਾ ਕੋਈ ਵੀ ਮੁੱਦਾ ਨਾ ਉਹ ਤਾਂ ਸਿਰਫ ਸਿੱਖ ਭਾਈਚਾਰੇ ਨਾਲ ਹੀ ਸੰਬੰਧਿਤ ਆ ਸਾਡਾ ਤਹ ਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਇਹ ਗੱਲ ਮੈਂ ਤਾਂ ਇਸ ਕਰਕੇ ਇੱਥੇ ਕਰਨ ਲੱਗਿਆ ਕਿਉਂਕਿ ਤੁਸੀਂ ਇਹ ਦੇਖੋ ਕਿ ਜਦੋਂ ਹੁਣ ਨਿਗ੍ਹਾ ਮਾਰੋ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਉਹ ਕੱਲੇ ਸਿੱਖਾਂ ਦੇ ਬੱਚੇ ਹੀ ਤਨੀ ਕਰਦੇ ਪਏ ਠੀਕ ਹੈ ਬਹੁਤ ਗਿਣਤੀ ਪਿੰਡਾਂ ਦੇ ਵਿੱਚ ਸਿੱਖਾਂ ਦੀ ਹੈ ਜਿਹੜੇ ਉਹ ਉਹਦੇ ਵਿੱਚ ਰਹਿੰਦੇ ਨੇ ਤੇ ਉਹ ਕਰਦੇ ਨੇ ਦੂਸਰੀ ਜਿਹੜੀ ਗੱਲ ਮੈਂ ਕਰਨ ਕਰਨੀ ਚਾ ਰਿਹਾ ਹਾਂ ਉਹ ਕਰਨੀ ਚਾ ਰਿਹਾ ਕਿ ਦੂਜਾ ਭਾਈਚਾਰਾ ਜਿਹੜਾ ਹੈਗਾ ਉਹ ਕਿਹੜਾ ਇਸ ਚੀਜ਼ ਤੋਂ ਪੀੜਤ ਨਹੀਂ ਹੈ ਪਰ ਆਵਾਜ਼ ਨਹੀਂ ਉਠਾਉਣੀ ਆਵਾਜ਼ ਕਿਉਂ ਦੂਜਾ ਭਾਈਚਾਰਾ ਤੇ ਉੱਠ ਕੇ ਨਾਲ ਲਾ ਕੇ ਕਿਉਂਕਿ ਪੰਜਾਬ ਦੇ ਉਹਨਾਂ ਨੂੰ ਐ ਲੱਗਦਾ ਕਿ ਜਿਹੜੀ ਵੀ ਕੋਈ ਪੰਜਾਬ ਦੀ ਮੰਗ ਹੁੰਦੀ ਆ ਨਾ ਉਹ ਸਿਰਫ ਸਿੱਖਾਂ ਦੀ ਮੰਗ ਆ ਚਾਹੇ ਉਹ ਪਾਣੀਆਂ ਦਾ ਚਾਹੇ ਉਹ ਬੋਲੀਆਂ ਦਾ ਚਾਹੇ ਉਹ ਬੋਲੀ ਦਾ ਮਸਲਾ ਆ ਚਾਹੇ ਉਹ ਨਸ਼ੇ ਦਾ ਮਸਲਾ ਆ ਜਾਂ ਕੋਈ ਹੋਰ ਪੰਜਾਬ ਦੇ ਹੱਕ ਹਕੂਕ ਦੀ ਗੱਲ ਆ ਉਹਨਾਂ ਨੇ ਪੰਜਾਬੀ ਹੋਣ ਦਾ ਫਰਜ਼ ਅੱਜ ਤੱਕ ਨਹੀਂ ਨਿਭਾਇਆ ਪਿੱਛੋਂ ਤੋਂ ਲੈ ਕੇ ਹੁਣ ਤੱਕ ਦੇਖ ਲਓ ਤੇ ਜਦੋਂ ਕਹਿੰਦੇ ਹੁੰਦੇ ਕਣਕ ਨੂੰ ਪਾਣੀ ਆਉਂਦਾ ਡੀਲੇ ਨੂੰ ਵੀ ਨਾਲ ਆਉਂਦਾ ਹੀ ਆਉਂਦਾ ਤੇ ਜਦੋਂ ਇਹ ਚੀਜ਼ਾਂ ਜਿਹੜੀਆਂ ਨੇ ਇਹ ਵਾਪਰ ਰਹੀਆਂ ਨੇ ਤੇ ਇਹ ਜਿਹੜਾ ਸਾਰਾ ਕੁਝ ਮਾਹੌਲ ਹੋਣਾ ਇਸ ਟਾਈਮ ਤੇ ਉੱਤੇ ਉਹ ਤੇ ਬਚਣਾ ਉਹਨਾਂ ਨੇ ਵੀ ਨਹੀਂ ਹੈ ਇਹ ਕਿਉਂ ਇਹ ਗੱਲ ਉਹਨਾਂ ਦੇ ਦਿਮਾਗ ਦੇ ਵਿੱਚ ਕਿਉਂ ਨਹੀਂ ਆਉਂਦੀ ਹੈਗੀ ਜੇ ਕਿਸੇ ਦੇ ਕਿਸੇ ਘਰ ਦੇ ਵਿੱਚ ਅੱਗ ਲੱਗੀ ਆ ਤੇ ਅੱਗ ਨੂੰ ਤਾਂ ਅੱਗ ਨੇ ਤਾਂ ਇਹ ਦੇਖਣਾ ਨਹੀਂਗਾ ਕਿ ਇਹ Hindu ਦਾ ਘਰ ਆ ਇਹ Sikh ਦਾ ਘਰ ਆ ਇਹ Christian ਦਾ ਘਰ ਆ ਇਹ ਇਹ ਮੁਸਲਮਾਨ ਦਾ ਘਰ ਆ ਜੇ ਇਹ ਕਿਸੇ ਹੋਰ ਜਾਤੀ ਦਾ ਘਰ ਹੈਗਾ ਉਹਨੇ ਤਾਂ ਦੇਖਣਾ ਨਹੀਂ ਜੇ ਅੱਜ ਪਾਕਿਸਤਾਨ ਦੇ ਨਾਲ ਲੜਾਈ ਦਾ ਮਾਹੌਲ ਬਣਦਾ ਹੈ ਜਾਂ ਕੋਈ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਹੈ ਉਹ ਸਿਰਜਿਆ ਜਾਂਦਾ ਹੈਗਾ ਤੇ ਜਿਹੜਾ ਗੋਲਾ ਕੋਈ ਬੰਬ ਜਿਹੜੇ ਪਹਿਲਾਂ ਡਿੱਗੇ ਸੀਗੇ ਉਹਨਾਂ ਨੇ ਦੇਖਿਆ ਵੀ ਐਸੀ ਹਿੰਦੂ ਦੇ ਘਰ ਨਹੀਂ ਡਿੱਗਣਾ ਤੇ ਸਿੱਖ ਦੇ ਘਰ ਡਿੱਗਣਾ ਜਾਂ ਸਿੱਖ ਦੇ ਘਰ ਨਹੀਂ ਡਿੱਗਣਾ ਤੇ ਹਿੰਦੂ ਦੇ ਘਰ ਡਿੱਗਣਾ ਹੈਗਾ ਇਹ ਇਹ ਗੱਲ ਆਪਾਂ ਨੂੰ ਕਿਤੇ ਮਤਲਬ ਬਹੁਤ ਔਖੀ ਗੱਲ ਹੈ ਰਾਕਟ ਸਾਇੰਸ ਦੀਆਂ ਜਿਹੜੀ ਸਾਨੂੰ ਸਮਝ ਨਹੀਂ ਆਉਂਦੀ ਇਹ ਇਹ ਗੱਲ ਜਿਹੜੀ ਹੈ ਬੜੀ ਸੌਖੀ ਤਰ੍ਹਾਂ ਦੇ ਨਾਲ ਸਮਝ ਆਣੀ ਚਾਹੀਦੀ ਆ ਪਰ ਇੱਕ ਹੀ ਭਾਈਚਾਰਾ ਕਿਉਂ ਹਰ ਵਕਤ ਰੌਲਾ ਮਤਲਬ ਪਾ ਰਿਹਾ ਹੁੰਦਾ ਹਰ ਜਗ੍ਹਾ ਦੇ ਉੱਤੇ ਸਿੱਖਾਂ ਨੂੰ ਹੀ ਬਾਹਾਂ ਖੜੀਆਂ ਕਰਕੇ ਕਿਉਂ ਇਹ ਗੱਲ ਕਹਿਣੀ ਪੈਂਦੀ ਆ ਕਿ ਸਾਡੇ ਇਹ ਇਹਦੇ ਵਿੱਚ ਨਸ਼ਾ ਹੈਗਾ ਸਾਡੇ ਵਿੱਚ ਸਾਡਾ ਪਾਣੀ ਖੋਇਆ ਜਾ ਰਿਹਾ ਸਾਡੀ ਬੋਲੀ ਨੂੰ ਮਾਰਿਆ ਜਾ ਰਿਹਾ ਦੂਸਰੇ ਦੂਸਰਾ ਭਾਈ ਜਰਾ ਚੁੱਪ ਕਰਕੇ ਲੰਗਰ ਪਾਣੀ ਖਾਦਾ ਆਪਣੇ ਪੈਸੇ ਕਮਾਏ ਤੇ ਜਾ ਕੇ ਸੌਂਗੇ ਸਵੇਰੇ ਉੱਠੇ ਤੇ ਆਪਣਾ ਫੇਰ ਉਹੀ ਕਾਰੋਬਾਰ ਤੇ ਚਲੇਗੇ ਉਹਨਾਂ ਨੂੰ ਕੋਈ ਉਹਨਾਂ ਨੂੰ ਕੋਈ ਕੋਈ ਦੁੱਖ ਨਹੀਂ ਜਿਸ ਖਿੱਤੇ ਦੇ ਵਿੱਚ ਜਿਸ ਖਿੱਤੇ ਦੇ ਵਿੱਚ ਅਸੀਂ ਰਹਿੰਨੇ ਆ ਜਾਂ ਜਿਸ ਜਿਸ ਦੇਸ਼ ਦੇ ਵਿੱਚ ਰਹਿੰਨੇ ਆ ਜਾਂ ਜਿਸ ਵੀ ਪਰਦੇਸ ਦੇ ਵਿੱਚ ਰਹਿੰਨੇ ਆ ਉਹਦੇ ਪ੍ਰਤੀ ਸਾਡੇ ਕੋਈ ਫਰਜ਼ ਨਹੀਂ ਆ ਜਿਸ ਧਰਤੀ ਦਾ ਅਸੀਂ ਖਾਨੇ ਆ ਜਿਸ ਧਰਤੀ ਦਾ ਅਸੀਂ ਪੈਣਦੇ ਆ ਜਿਸ ਧਰਤੀ ਦੇ ਉੱਤੇ ਸਾਨੂੰ ਜਿਹੜਾ ਹੈ ਉਹ ਰਹਿਣ ਵਾਸਤੇ ਉੱਤੇ ਜਗ੍ਹਾ ਮਿਲੀ ਹੋਈ ਆ ਤੇ ਜੇ ਫਿਰ ਆਪਾਂ ਧਰਤੀ ਨੂੰ ਮਾਂ ਕਹਿੰਨੇ ਆ ਤੇ ਫਿਰ ਜਿਹੜੇ ਮਾਂ ਦੇ ਪ੍ਰਤੀ ਸਾਡੇ ਫਰਜ਼ ਨੇ ਉਹਨਾਂ ਤੋਂ ਅਸੀਂ ਮੁਨਕਰ ਕਿਉਂ ਆ ਲੋਕ ਜਿਹੜੇ ਨੇ ਉਹ ਸਾਰੇ ਜਿਹੜੇ ਸਾਰੇ ਭਾਈਚਾਰੇ ਇਕੱਠੇ ਹੋ ਕੇ ਸੜਕਾਂ ਦੇ ਉੱਤੇ ਆ ਜਾਣ ਕਿ ਅਸੀਂ ਨਸ਼ਾ ਜਿਹੜਾ ਹੈਗਾ ਉਹ ਬਿਲਕੁਲ ਨਹੀਂ ਪੰਜਾਬ ਦੇ ਵਿੱਚ ਹੋਣ ਦੇਣਾ ਸਰਕਾਰ ਦੇ ਨੱਕ ਦੇ ਵਿੱਚ ਦਮ ਕੀਤਾ ਜਾਵੇ ਤਾਂ ਗਰੰਟੀ ਹੈ ਕਿ 22700 ਪੰਜਾਬ ਦੇ ਤਕਰੀਬਨ ਤਕਰੀਬਨ 15000 ਬੰਦਾ ਭਰਤੀ ਕਰ ਲਿਆ ਜਾਵੇ ਹੋਰ ਵੀ ਤੇ ਲੋਕ ਠੇਕੇ ਤੇ ਰੱਖਦੇ ਨੇ ਨਾ ਕਿਸੇ ਪਿੰਡ ਚ ਇੱਕ ਦੀ ਲੋੜ ਆ ਕਿਸੇ ਚ ਦੋ ਦੇ ਉਹ ਬੰਦਿਆਂ ਨੂੰ ਸਿਰਫ ਇਹੀ ਇਨਫੋਰਮ ਉਹਨਾਂ ਨੂੰ ਰੱਖਿਆ ਜਾਵੇ ਕਿ ਲਓ ਜੀ ਆਹ ਇਨਫਰਮੇਸ਼ਨ ਦੇਣੀ ਆ ਕਿ ਤੁਹਾਡੇ ਪਿੰਡ ਦੇ ਵਿੱਚ ਕਿੰਨੇ ਬੰਦੇ ਨਸ਼ੇ ਕਰਦੇ ਨੇ ਇਹਨਾਂ ਦਾ ਸੋਰਸ ਕੀਤਿਆਂ ਨਸ਼ਾ ਆ ਕਿੱਥੋਂ ਰਿਹਾ ਤਾਂ ਉਹ ਆਪੇ ਕੜੀ ਜਿਹੜੀ ਐ ਜੁੜਦੀ ਆ ਉਹਨਾਂ ਦਾ ਫਰਜ਼ ਹੈ ਉਹਨਾਂ ਨੇ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਨੀ ਜਾਂ ਉਹਨਾਂ ਨੇ ਕਾਨੂੰਨੀ ਤੌਰ ਦੇ ਉੱਤੇ ਕੋਈ ਅੱਗੇ ਨਹੀਂ ਆਉਣਾ ਹੈਗਾ ਉਹ ਸਿਰਫ ਜਿਹੜਾ ਪੁਲਿਸ ਦਾ ਡਿਪਾਰਟਮੈਂਟ ਹੈਗਾ ਉਹਨੂੰ ਇਨਫੋਰਮੇਸ਼ਨ ਦੇਣ ਪਰ ਰੌਲਾ ਇੱਥੇ ਇੱਕ ਹੋਰ ਪੈ ਜਾਂਦਾ ਹੈਗਾ ਕਿ ਪੁਲਸ ਵਾਲੇ ਤਾਂ ਖੁਦ ਤੁਸੀਂ ਸੋਸ਼ਲ ਮੀਡੀਆ ਤੇ ਹੋ ਰਹੀਆਂ ਵਾਇਰਲ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਪੁਲਸ ਵਾਲੇ ਤਾਂ ਜਿਹੜੇ ਖੁਦ ਨੇ ਉਹ ਵੀ ਨਸ਼ਾ ਬਕਵਾ ਰਹੇ ਨੇ ਸਾਰੇ ਨਹੀਂ ਪਰ ਜਿੰਨੇ ਵੀ ਬਕਵਾ ਰਹੇ ਨੇ ਉਹ ਆਪ ਗਲਤਾਨ ਨੇ ਇਸ ਚੀਜ਼ ਦੇ ਵਿੱਚ ਜਾਂ ਉਹਨਾਂ ਦੇ ਉਹਨਾਂ ਦੇ ਕਈਆਂ ਦੇ ਬੱਚੇ ਇਸ ਚੀਜ਼ ਦੇ ਵਿੱਚ ਜਿਹੜੇ ਨੇ ਉਹ ਵੱਡੇ ਹੋਏ ਨੇ ਤੇ ਪਰਲੇਕਨ ਕੁਝ ਬੰਦੇ ਤਾਂ ਹੈ ਨੇ ਕੋਈ 15000 ਪੋਸਟ ਤਾਂ ਦਿੱਤੀ ਜਾ ਸਕਦੀ ਆ ਕਿ ਤੁਸੀਂ ਆ ਜਿਹੜਾ ਹੈ ਤੇ ਤੁਸੀਂ ਦੇਖੋ ਇੱਕ ਤੋਂ ਦੋ ਮਹੀਨੇ ਦੇ ਵਿੱਚ ਸਾਰਾ ਪੰਜਾਬ ਦੇ ਵਿੱਚੋਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਇੱਥੇ ਵੇਚ ਕੌਣ ਰਿਹਾ ਆ ਕਿੱਥੋਂ ਰਿਹਾ ਤੇ ਉਹਨਾਂ ਬੰਦਿਆਂ ਨੂੰ ਚੁੱਕ ਕੇ ਤੁਸੀਂ ਅੰਦਰ ਕਰਦੇ ਹੋ ਤੁਸੀਂ ਉਹ ਕੈਪਟਨ ਸਾਹਿਬ ਨੇ ਗੁਟਕਾ ਸਾਫ ਫੜ ਕੇ ਖਾਧੀ ਸੀ ਨਾ ਸੌ ਮੈਂ ਗਰੰਟੀ ਨਾਲ ਕਹਿ ਸਕਦਾ 15 ਦਿਨ ਦੇ ਵਿੱਚ ਪੰਜਾਬ ਚੋਂ ਨਸ਼ਾ ਖਤਮ ਹੋ ਜਾਏਗਾ ਜੇ ਇਹ ਦੀ ਇਹ ਨਹੀਂ ਅਸੀਂ ਕਹਿੰਦੇ ਕਿ ਬਾਕੀ ਦੇਸ਼ਾਂ ਦੇ ਵਿੱਚ ਬਾਕੀ ਵਿਕਸਤ ਜਿਹੜੇ ਦੇਸ਼ ਨੇ ਜਾਂ ਕੈਨੇਡਾ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਉਹਨਾਂ ਦੇ ਵਿੱਚ ਨਿਸ਼ਾਨੀਆਂ ਤੁਸੀਂ ਬਿਲਕੁਲ ਵੀ ਉਹ ਚੀਜ਼ ਨੂੰ ਨਹੀਂ ਲੇਕਿਨ ਜਿਸ ਲੈਵਲ ਤੇ ਇਹ ਚੀਜ਼ ਪਹੁੰਚ ਗਈ इजीली ਲੋਕਾਂ ਨੂੰ ਉਹ ਚੀਜ਼ ਮਿਲ ਰਹੀ ਆ ਕਿਵੇਂ ਮਿਲ ਰਹੀ ਆ ਉਹ ਚੀਜ਼ ਮਾੜਾ ਜਾ ਮਾੜਾ ਜਾ ਕਿਸੇ ਕਿਸ ਕਿਸੇ ਜਗ੍ਹਾ ਦੇ ਉੱਤੇ ਹੁਣ ਹੜ੍ਹ ਆਏ ਨੇ ਜਾਂ ਕੋਈ ਚੀਜ਼ ਆ ਗਈ ਹੈ ਲੋਕਾਂ ਨੂੰ ਆਮ ਜਿਹੜੀਆਂ ਚੀਜ਼ਾਂ ਨੇ ਉਹ ਤਾਂ ਮਿਲਦੀਆਂ ਨਹੀਂ ਕਈ ਵਾਰੀ ਪਿਆਜ਼ ਤਾਂ ਜਿਹੜੇ ਨੇ ਉਹ ਕਈ ਵਾਰੀ ਇੰਨੇ ਨੇ ਮਹਿੰਗੇ ਹੋ ਜਾਂਦੇ ਨੇ ਉਹ ਮਿਲਦੇ ਨਹੀਂ ਕਿਉਂਕਿ ਜੀ ਉਹਦਾ ਘਾਟਾ ਪੈ ਗਿਆ ਜੀ ਉਹਦਾ ਉਹ ਉਹ ਚੀਜ਼ ਦਾ ਲੇਕਿਨ ਨਸ਼ਾ ਕਿਵੇਂ ਮਿਲ ਰਿਹਾ ਜੀ ਨਸ਼ੇ ਦੇ ਉੱਤੇ ਤੁਹਾਡਾ ਕੋਈ ਕੋਈ ਤੁਹਾਡੀ ਚੀਜ਼ ਨਹੀਂ ਹੈ ਇਹ ਬੜੀ ਸੋਚੀ ਸਮਝੀ ਜਿਹੜੀ ਹੈਗੀ ਆ ਚਾਲ ਸਾਨੂੰ ਪੰਜਾਬੀਆਂ ਨੂੰ ਸੁੱਤੇ ਨਹੀਂ ਰਹਿਣਾ ਚਾਹੀਦਾ ਹਰ ਰੋਜ਼ ਹਰ ਜਗ੍ਹਾ ਦੇ ਉੱਤੇ ਇਹ ਇਹ ਨਹੀਂ ਕਿ ਇੱਕ ਦਿਨ ਕਿਤੇ 15 ਮਹੀਆਂ ਦਾ ਨਾ ਉਹ ਮਹੀਨੇ ਬਾਅਦ ਕਿਤੇ ਜਾ ਕੇ ਸੈਮੀਨਾਰ ਕਰ ਲਿਆ ਤੁਸੀਂ ਕਿਤੇ ਤੁਸੀਂ ਉਹ ਆਪਣਾ ਸਿਰਫ ਸੈਮੀਨਾਰ ਦੇ ਵਿੱਚ 5-7 ਮਿੰਟ ਬੋਲੇ 10 ਮਿੰਟ ਬੋਲੇ ਤਾਂ ਤੁਹਾਡਾ ਫਰਜ਼ ਜਿਹੜਾ ਖਤਮ ਆ TikTok ਦੇ ਉੱਤੇ ਮੈਂ ਕਹਿਣਾ ਚਾਹੁੰਦਾ ਭਰਾਵਾਂ ਨੂੰ ਔਰ ਜਿਹੜੇ ਜਿਹੜੇ ਸਾਡੇ ਭੈਣ ਭਰਾ ਟਿਕਟੋਕ ਦੇ ਉੱਤੇ ਵੀਡੀਓ ਬਣਾਉਂਦੇ ਨੇ ਉਹ ਜਿਓ ਵੀਡੀਓ ਬਣਾਉਣੀਆਂ ਨੇ ਤੇ ਇਸ ਤਰ੍ਹਾਂ ਦੀਆਂ ਵੀਡੀਓ ਬਣਾਓ ਕਿ ਜਿਹਦੇ ਵਿੱਚ ਇਹ ਕਹਿਆ ਜਾਏ ਕਿ ਭਾਈ ਤੁਸੀਂ ਆ ਸਾਡੀ ਜਵਾਨੀ ਆ ਸਾਡੇ ਭੈਣ ਭਰਾਈ ਨੇ ਇਹ ਕੰਮ ਨਾ ਕਰੋ ਰੋਜ਼ ਇਹੋ ਜਿਹੀਆਂ ਵੀਡੀਓ ਪਾਓ ਜੇ ਪਾਉਣੀਆਂ ਨੇ ਤਾਂ ਇਹ ਕੰਮ ਕਰੋ ਜੇ ਤੁਹਾਨੂੰ ਸੋਸ਼ਲ ਮੀਡੀਆ ਦੇ ਉੱਤੇ ਐਕਟਿਵ ਰਹਿਣ ਦਾ ਅਗਰ ਤੁਹਾਨੂੰ ਤੁਹਾਨੂੰ ਚਾਹ ਹੈਗਾ ਤੇ ਤੁਸੀਂ ਇਹੋ ਜਿਹੀਆਂ ਪਾਓ ਵੀਡੀਓ ਕਿ ਆ ਜਿਹੜਾ ਨਸ਼ਾ ਇਹ ਪਾਉ ਬਈ ਇਹ ਨਾ ਕਰੋ ਇਹਦੇ ਉੱਤੇ ਇਹਦੇ ਉੱਤੇ ਗੱਲ ਕਰੋ ਰੋਜ਼ ਕਰੋ ਚਾਹੇ ਦਿਨ ਦੀਆਂ ਦੋ ਵੀਡੀਓ ਬਣਾ ਕੇ ਪਾਓ ਤੁਸੀਂ ਜਿੰਨੋਂ ਵੀ ਤੁਸੀਂ ਬਣਾਉਂਦੇ ਹੋ ਇਸ ਤਰ੍ਹਾਂ ਦੀਆਂ ਵੀਡੀਓ ਬਣਾ ਕੇ ਪਾਓ ਜਵਾਨੀ ਜਿਹੜੀ ਆ ਉਹ ਬਿਲਕੁਲ ਖਤਮ ਹੁੰਦੀ ਜਾ ਰਹੀ ਆ ਇਹਨੂੰ ਇਹ ਇਹ ਬਹੁਤ ਸੋਚਣ ਵਾਲੀਆਂ ਚੀਜ਼ਾਂ ਨੇ ਇਹ ਕੋਈ ਇੱਕ ਇੱਕ ਕੋਈ ਸਰਕਾਰ ਦੀਆਂ ਜਿਹੜੀਆਂ ਨੇ ਉੱਪਰ ਦੀਆਂ ਜਿਹੜੀਆਂ ਨੀਤੀਆਂ ਨੇ ਇਹ ਇਹ ਜਿਹੜਾ ਇਹ ਜਿਹੜਾ ਖਿੱਤਾ ਇਨੂੰ ਬਿਲਕੁਲ ਡਿਸਟਰਬ ਇਹਨੂੰ ਬਿਲਕੁਲ ਖਤਮ ਕਰਨ ਦੀ ਤੁਸੀਂ ਇਹ ਕਹਿੰਦੇ ਕਈ ਬੰਦੇ ਨਿੱਕੀ ਜਿਹੀ ਗੱਲ ਕਰਦੇ ਨੇ ਸਾਡੇ ਨਾਲ ਵਿਤਕਰਾ ਹੋ ਰਿਹਾ ਕੋਈ ਵਿਤਕਰਾ ਨਹੀਂ ਹੋ ਰਿਹਾ 1% ਵਿਤਕਰਾ ਨਹੀਂ ਹੋ ਰਿਹਾ ਵਿਤਕਰਾ ਤੇ ਬਹੁਤ ਛੋਟੀ ਚੀਜ਼ ਆ ਬਹੁਤ ਛੋਟੀ ਚੀਜ਼ ਆ ਮਾਈਨਰ ਬਿਲਕੁਲ ਜਿਹਨੂੰ ਆਪਾਂ ਕਹਿ ਸਕਦੇ ਆ ਵਿਤਕਰਾ ਤੇ ਜਿਹੜਾ ਹੁੰਦਾ ਉਹ ਚਾਚੇ ਤਾਏ ਭੂਆ ਮਾਸੀ ਜਾਂ ਕਿਸੇ ਰਿਸ਼ਤੇਦਾਰ ਦੇ ਜਾਂ ਇੱਕ ਚਲੋ ਪੇਰੈਂਟਸ ਵੱਲੋਂ ਤਾਂ ਸ਼ਾਇਦ ਬੱਚਿਆਂ ਦੇ ਵਿੱਚ ਨਹੀਂ ਹੁੰਦਾ ਬਾਕੀ ਰਿਸ਼ਤਿਆਂ ਦੇ ਵਿੱਚ ਕਈਆਂ ਨੂੰ ਕੋਈ ਜ਼ਿਆਦਾ ਪਿਆਰ ਮਿਲਦਾ ਕਈਆਂ ਨੂੰ ਕੋ ਘੱਟ ਪਿਆਰ ਮਿਲਦਾ ਕਈਆਂ ਨੂੰ ਉਸ ਤੋਂ ਵੀ ਘੱਟ ਮਿਲਦਾ ਹੈਗਾ ਉਹਦੇ ਵਿੱਚ ਤਾਂ ਆਪਾਂ ਸੋਚ ਸਕਦੇ ਆ ਕਿ ਵਿਤਕਰਾ ਇਹ ਵਿਤਕਰਾ ਨਹੀਂ ਹੈ ਇਹ ਤੁਹਾਨੂੰ ਬਿਲਕੁਲ ਜੜ ਤੋਂ ਲੈ ਕੇ ਖਤਮ ਕਰਨ ਦੀਆਂ ਨੀਤੀਆਂ ਨੇ ਇਹ ਗੱਲ ਆਪਣੇ ਦਿਮਾਗ ਦੇ ਵਿੱਚ ਘਰ ਕਰ ਲੋ ਤੁਸੀਂ ਕਿਉਂਕਿ ਜੇ ਇਹ ਚੀਜ਼ ਸਾਡੇ ਦਿਮਾਗ ਦੇ ਵਿੱਚ ਆ ਰਹੀ ਹੈ ਕਿ ਸਾਨੂੰ ਖਤਮ ਕਿਦਾਂ ਕੀਤਾ ਜਾ ਰਿਹਾ ਹੈਗਾ ਤੇ ਫਿਰ ਇਸ ਤੇ ਕੰਮ ਹੋ ਸਕਦਾ ਹੈਗਾ ਕਿਦਾਂ ਆਪਾਂ ਕੁਝ ਸਾਲਾਂ ਦੇ ਵਿੱਚ ਹੀ ਸਾਰਾ ਪੰਜਾਬ ਜਿੱਥੇ ਜਿਹੜਾ ਸੋਨੇ ਦੀ ਚੜੀ ਜਿਹੜਾ ਸੀਗਾ ਉਸ ਤੋਂ ਪਹਿਲਾਂ ਕਿਹਾ ਜਾਂਦਾ ਸੀਗਾ ਤੇ ਉਸ ਤੋਂ ਬਾਅਦ ਕਿਵੇਂ ਇਹ ਇਹ ਇੱਥੇ ਜਿਹੜੇ ਜਿਹੜਾ ਨੌਜਵਾਨ ਆ ਉਹ ਕਿੱਧਰ ਨੂੰ ਚੱਲ ਪਿਆ ਇੱਥੇ ਫਿਰ ਇੱਕ ਗੀਤ ਸੰਗੀਤ ਵਾਲਿਆਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਕਿਰਪਾ ਕਰਕੇ ਕਿਸੇ ਵੀ ਨਸ਼ੇ ਨੂੰ ਕਿਸੇ ਵੀ ਤਰ੍ਹਾਂ ਦੇ ਨਾਲ ਪ੍ਰਮੋਟ ਨਾ ਕਰੋ ਨਾ ਗਲਾਸੀਆਂ ਦਿਖਾਓ ਨਾ ਕੁਝ ਹੋਰ ਦਿਖਾਓ ਚਾਹੇ ਤੁਸੀਂ ਪੋਜ਼ਿਟਿਵ ਤੌਰ ਦੇ ਉੱਤੇ ਦਿਖਾਉਂਦੇ ਵੀ ਕਈ ਵਾਰੀ ਕੋਸ਼ਿਸ਼ ਕਰਦੇ ਹੋ ਉਹ ਵੀ ਲੋਕ ਨੈਗੇਟਿਵ ਹੈ ਮੈਂ ਕਈਆਂ ਲੋਕਾਂ ਦੀ ਵੀਡੀਓ ਦੇਖਦਾ ਕਿ ਉਹ ਕਹਿੰਦੇ ਨੇ ਕਿ ਨਹੀਂ ਗਾਣੇ ਸਾਨੂੰ ਪ੍ਰਭਾਵਿਤ ਕਰਦੇ ਸੀ ਜਿਹੜਾ ਗਾਣੇ ਵਿੱਚ ਦਿਖਾਏ ਹੋਏ ਵਿਲਨ ਨੇ ਉਨਾ ਵਰਗੇ ਪੜਨਾ ਚਾਹੁੰਨੇ ਆ ਅਸੀਂ ਲੋਕਾਂ ਨੂੰ ਇਹ ਦੱਸਣਾ ਚਾਹੁੰਨੇ ਆ ਕਿ ਸਾਡੀ ਜਿਹੜੀ ਉਹ ਵਿਲਨ ਦੀ ਜਿਸ ਤਰ੍ਹਾਂ ਦੀ ਉਹ ਅੱਖ ਕਰਦਾ ਉਹ ਵਿਲਨ ਨੂੰ ਉਹ ਆਪਣੇ ਵਿੱਚ ਉਸ ਕਰੈਕਟਰ ਨੂੰ ਆਪਣੇ ਵਿੱਚ ਦੇਖਣਾ ਇਹ ਸਾਡੇ ਰੋਲ ਮਾਡਲ ਨੇ ਮੈਂ ਭੈਣਾਂ ਨੂੰ ਬੀਬੀਆਂ ਨੂੰ ਬੇਨਤੀ ਕਰਨਾ ਚਾਹੁੰਨਾ ਕਿ ਕਮ ਸੇ ਕਮ ਜਦੋਂ ਜਿਹੜੇ ਤੁਹਾਡੇ ਘਰ ਪਰਿਵਾਰ ਜਿੱਥੇ ਜਿੱਥੇ ਬੈਠਦਾ ਹੈਗਾ ਜਿੰਨੂੰ ਤੁਸੀਂ ਫੈਮਿਲੀ ਰੂਮ ਜਾਂ ਇੰਡੀਆ ਦੇ ਵਿੱਚ ਉਹਨੂੰ ਲੌਬੀ ਕਹਿੰਦੇ ਨੇ ਜਿੱਥੇ ਵੀ ਚਲੋ ਪਰਿਵਾਰ ਜਿਸਾ ਜਿਸ ਸਾਡਾ ਤੁਹਾਡਾ ਘਰ ਹੈਗਾ ਸਟਰਕਚਰ ਹੈਗਾ ਉਹਦਾ ਉਹਦੇ ਮੁਤਾਬਿਕ ਜਿੱਥੇ ਪਰਿਵਾਰ ਬੈਠਦਾ ਜਾਂ ਜਿੱਥੇ ਤੁਸੀਂ ਰੋਜ਼ ਘਰ ਦਾ ਮੂੰਹ ਮੱਥਾ ਹੈਗਾ ਕਮ ਸੇ ਕਮ ਉੱਥੇ ਜਿਹੜੀਆਂ ਫੋਟੋਆਂ ਲਾਉਂਦੇ ਹੋ ਨਾ ਉਹ ਚੰਗੀਆਂ ਲਾਓ ਉਹ ਜੋਦਿਆਂ ਸੁਰਮਿਆਂ ਦੀਆਂ ਫੋਟੋਆਂ ਲਾਓ ਇਹ ਸੀ ਸਾਡਾ ਇਤਿਹਾਸ ਤਾਂ ਜਾ ਕੇ ਸਾਡੇ ਉੱਥੇ ਜੋਦ ਸੁਰਮੇ ਪੈਦਾ ਹੋਣਗੇ ਤੇ ਜੇ ਤੁਸੀਂ ਫੋਟੋਆਂ ਲਾਤੀਆਂ ਮਾਫ ਕਰਨਾ ਕਿਸੇ ਗਾਇਕ ਦੀਆਂ ਕਿਸੇ ਨੂੰ ਰੋਲ ਮਾਡਲ ਮੰਨ ਲਿਆ ਤੇ ਫੇਰ ਤੇ ਉਸ ਤਰ੍ਹਾਂ ਦੇ ਵਿੱਚ ਹੀ ਉਹ ਉਹੋ ਹੀ ਹਿਸਾਬ ਦਾ ਅਗੋ ਜਨਰੇਸ਼ਨ ਜਿਹੜੀ ਆ ਉਹ ਪੈਦਾ ਹੋਣੀ ਆ ਉੱਥੇ ਫਿਰ ਆਪਾਂ ਕੀ ਉਮੀਦ ਕਰ ਸਕਦੇ ਆ ਕਿ ਸਾਡੇ ਇਥੇ ਜੋ ਦੇ ਸੂਰਮੇ ਜਿਹੜੇ ਸੀ ਉਹ ਪੈਦਾ ਹੋਣਗੇ ਕਿਵੇਂ ਪੈਦਾ ਹੋਣਗੇ ਗੁਰੂ ਗੁਰੂ ਗ੍ਰੰਥ ਸਾਹਿਬ ਦੀ ਤਸਵੀਰ ਹੀ ਤੁਸੀਂ ਲਾ ਦਿਓ ਕਮ ਸੇ ਕਮ ਕਿ ਮੱਥੇ ਦੇ ਵਿੱਚ ਜਦੋਂ ਚੀਜ਼ ਲੱਗਦੀ ਆ ਤੇ ਆਪਾਂ ਨੂੰ ਮੂੰਹ ਮੱਥੇ ਲੱਗਦਾ ਤੇ ਕੋਸ਼ ਤਾਂ ਸਾਡੀ ਸੋਚ ਬਦਲਦੀ ਆ ਕਿਉਂਕਿ ਜਿਹੋ ਜਿਹਾ ਅਸੀਂ ਵੇਖਦੇ ਆਂ ਜਾਂ ਜਿਹੋ ਜਿਹਾ ਅਸੀਂ ਖਾਂਦੇ ਆਂ ਉਹੋ ਜਿਹਾ ਸਦਾ ਜੜਾ ਹੈਗਾ ਉਹ ਵਿਹਾਰ ਜਿਹੜਾ ਹੈ ਉਹ ਸਮਾਜ ਦੇ ਵਿੱਚ ਜਾਂਦਾ ਹੈਗਾ ਕਮ ਸੇ ਕਮ ਆਪਾਂ ਘਰ ਤੋਂ ਬਦਲੀਏ ਘਰ ਤੋਂ ਬਦਲੀਏ ਤੇ ਬਾਹਰ ਜਿਹੜਾ ਹੈਗਾ ਉਹ ਕੁਝ ਬਦਲਿਆ ਜਾ ਸਕਦਾ ਕੰਮ ਬਹੁਤ ਹੋਣ ਵਾਲਾ ਪੰਜਾਬ ਦੇ ਵਿੱਚ ਕਿੰਨੂ ਕਿੰਨੂ ਛੋਈਏ ਕਈ ਵਾਰੀ ਇਸ ਇਹ ਸੋਚਣ ਤੇ ਮਜਬੂਰ ਹੋ ਜਾਂਦੇ ਆ ਕਿ ਕਿੱਥੋਂ ਜਦੋਂ ਤਾਣਾ ਬਾਣਾ ਸਾਰਾ ਹੀ ਉਲਝ ਗਿਆ ਹੋਵੇ ਤੇ ਜਿੱਥੇ ਵੀ ਤੁਸੀਂ ਹੱਥ ਪਾਉਂਦੇ ਹੋ ਉਹੋ ਹੀ ਥਾਂ ਜਿਹੜੀ ਆ ਉਦਕ ਦੀ ਹੈਗੀ ਆ ਅੱਜ ਇੰਨੇ ਸ਼ਬਦਾਂ ਦੇ ਨਾਲ ਹੀ ਜਿਹੜੀ ਮੇਰੀ ਹਾਜ਼ਰੀ ਨੂੰ ਪ੍ਰਵਾਨ ਕਰਿਓ ਕੱਲ ਕਿਸੇ ਹੋਰ ਵਿਸ਼ੇ ਦੇ ਉੱਤੇ ਆਪਾਂ ਗੱਲਬਾਤ ਜਿਹੜੀ ਹੈ ਉਹ ਕਰਾਂਗੇ ਉਮੀਦ ਕਰਦਾ ਕਿ ਤੁਹਾਨੂੰ ਪ੍ਰੋਗਰਾਮ ਜਿਹੜਾ ਹੈਗਾ ਇਹ ਪਸੰਦ ਆ ਰਿਹਾ ਹੋਵੇਗਾ ਆਪਣੀ ਫੀਡਬੈਕ ਪਲੀਜ਼ ਜ਼ਰੂਰ ਦੇ ਦਿਆ ਕਰੋ ਸਾਡੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਜੇ ਕੋਈ ਕਮੈਂਟਸ ਜਿਹੜੇ ਨੇ ਤੇ ਚੰਗਾ ਲੱਗਦਾ ਤਾਂ ਵੀ ਜੇ ਨਹੀਂ ਚੰਗਾ ਲੱਗਦਾ ਤਾਂ ਤਾਂ ਵੀ ਤੁਸੀਂ ਥੋੜੇ ਬਹੁਤ ਸਾਨੂੰ ਤੁਸੀਂ ਆਪਣੇ ਜਿਹੜੇ ਸੁਝਾਅ ਨੇ ਉਹ ਜ਼ਰੂਰ ਦਿਓ ਜਾਂ ਕਿਦਾਂ ਦੇ ਟੌਪਿਕ ਤੇ ਅਸੀਂ ਹੋਰ ਗੱਲ ਕਰੀਏ ਉਹਦੇ ਬਾਰੇ ਤੁਸੀਂ ਸਾਨੂੰ ਆਪਣੇ ਸੁਝਾਅ ਭੇਜੋ ਅਸੀਂ ਉਸ ਟੌਪਿਕ ਦੇ ਉੱਤੇ ਵੀ ਗੱਲਬਾਤ ਕਰਾਂਗੇ ਜਿਹੜਾ ਜਿਹੜੀ ਜਿਹੜੀ ਸਾਡੀ ਗੱਲਬਾਤ ਆ ਉਸ ਦਾ ਕਿਤੇ ਨਾ ਕਿਤੇ ਕੁਛ ਨਾ ਕੁਛ 1 2 4 5 7 ਜਿਹਦਾ ਮੈਂ ਸ਼ੁਰੂਆਤ ਦੇ ਵਿੱਚ ਕਿਹਾ ਸੀਗਾ ਕਿ ਕਿਤੇ ਨਾ ਕਿਤੇ ਅਸਰ ਤਾਂ ਜ਼ਰੂਰ ਹੋਏਗਾ ਸੋ ਮੈਨੂੰ ਦੇ ਦਿਓ ਇੱਥੇ ਅਜਾਤ ਸਮਾ ਜਿਹੜਾ ਹੈ ਉਹ ਬਿਲਕੁਲ ਸਮਾਪਤੀ ਵਾਲਾ ਸਤਿ ਸ਼੍ਰੀ ਅਕਾਲ ਜੀ ਪੰਜਾਬੀਓ ਜਾਗਦੇ ਕੇ ਸੁਤੇ ਪੰਜਾਬੀਓ